ਚੈਨਲ ਸਟੱਡੀ ਆਨਲਾਈਨ 'ਤੇ ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਜੀ। ਜਲਦੀ ਤੋਂ ਜਲਦੀ ਜੁਆਇਨ ਕਰੋ, ਲਿੰਕ ਨੂੰ ਵੀ ਸ਼ੇਅਰ ਕਰ ਦਿਓ ਜੀ, ਤਾਂ ਕਿ ਜਲਦੀ ਜੁਆਇਨ ਕਰ ਸਕਣ ਸਾਰੇ। ਅੱਜ ਦੀ ਕਲਾਸ ਨੰਬਰ ਹੈ ਜੀ 45, ਅਤੇ ਅੱਜ ਦਾ ਆਪਣਾ ਵਿਸ਼ਾ ਹੈ ਕਪੂਰ ਸਿੰਘ ICS। ਜਲਦੀ ਪਹੁੰਚੋ ਜੀ ਸਾਰੇ। ਹਾਂਜੀ, ਅੱਜ ਦੀ ਕਲਾਸ ਦੇ ਵਿੱਚ ਆਪਾਂ ਕਪੂਰ ਸਿੰਘ ICS ਦੇ ਨਾਲ ਸੰਬੰਧਿਤ ਕੁਐਸਚਨ ਡਿਸਕਸ ਕਰਾਂਗੇ। ਜਿਹੜੇ ਵੀ ਨਵੇਂ ਵੀਟਰ ਨੇ ਆਪਣੇ ਚੈਨਲ 'ਤੇ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ, ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਹਰੇਕ ਮਿਲਦਾ ਰਹੇ। ਅਤੇ ਜਿਨ੍ਹਾਂ ਨੂੰ ਨੋਟੀਫਿਕੇਸ਼ਨ ਉਸ ਤਰ੍ਹਾਂ ਵੀ ਨਹੀਂ ਪਹੁੰਚ ਰਿਹਾ, ਤਾਂ @PunjabiTiyari ਟੈਲੀਗ੍ਰਾਮ ਗਰੁੱਪ ਜ਼ਰੂਰ ਜੁਆਇਨ ਕਰੋ ਜੀ। ਠੀਕ ਹੈ ਜੀ। ਹਾਂਜੀ, 9 PM ਔਨਲਾਈਨ ਕਲਾਸ ਫੋਨ ਕਰਕੇ ਕੋਈ ਹੋਰ ਵੀ ਲਗਵਾ ਰਹੇ ਹੋ ਜੀ ਕਲਾਸ? ਹਾਂਜੀ, ਜਿਨ੍ਹਾਂ ਨੇ ਵੀ ਸਕੂਲ ਕੰਟੈਂਟ ਲੈਣਾ ਹੁੰਦਾ, ਚਾਹੇ ਸਟੂਡੈਂਟ ਨੇ ਚਾਹੇ ਟੀਚਰ ਨੇ, ਉਹ ਆਰ ਕੇ ਸਕੂ ਔਨਲਾਈਨ ਸਕੂਲ ਜ਼ਰੂਰ ਜੁਆਇਨ ਕਰਨ। ਚੈਨਲ ਗਰੁੱਪ ਹੈ ਜੀ ਆਪਣਾ ਟੈਲੀਗ੍ਰਾਮ ਗਰੁੱਪ, ਇਸ 'ਚ ਤੁਹਾਨੂੰ ਸਕੂਲ ਕੰਟੈਂਟ ਮਿਲ ਜਾਵੇਗਾ। ਸੋ ਆਡੀਓ ਅਤੇ ਵੀਡੀਓ ਦਾ ਕਨਫਰਮੇਸ਼ਨ ਦਿਓ ਕਿ ਸਭ ਕੁਛ ਓਕੇ ਚੱਲ ਰਿਹਾ ਜਾਂ ਨਹੀਂ, ਕਨਫਰਮ ਕਰੋ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਸੇਮ ਟਾਈਮਿੰਗ ਹੈ ਦੋਹਾਂ ਕਲਾਸਿਸ ਦੀ, 9 ਵਜੇ ਹੀ। ਇਹੀ ਇੱਕ ਰੀਜ਼ਨ ਹੋਣਾ ਜੀ, ਕਹਿ ਰਹੇ ਹੋ ਕਲਾਸ ਮਿਸ ਹੋ ਜਾਂਦੀ ਹੈ, ਸਵੇਰੇ ਦੇਖਣੀ ਪੈਂਦੀ ਹੈ। ਠੀਕ ਆ ਜੀ, ਫਸਟ ਕੁਐਸਚਨ ਦੇ ਵੱਲ ਵੱਧਦੇ ਹਾਂ ਜੀ। ਜੀ, ਕਪੂਰ ਸਿੰਘ ਦਾ ਜੀਵਨ ਕਾਲ ਦੱਸੋ। ਆਪਸ਼ਨ ਏ 1908-1985, ਬੀ 1909-1986, ਸੀ 1910-1987, ਡੀ 1911-1988। ਨਮਸਕਾਰ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਜੀ ਸਭ ਨੂੰ, ਜਿਨ੍ਹਾਂ ਨੂੰ ਵੀ ਨਹੀਂ ਬੁਲਾਈ ਜਾਂ ਮਿਸ ਹੋ ਗਈ ਕਿਸੇ ਵੀ ਰੀਜ਼ਨ ਕਰਕੇ। ਬੀ ਆਪਸ਼ਨ ਆਨਸਰ ਆ ਰਿਹਾ ਜੀ, 1909-1986। ਠੀਕ ਆ ਜੀ, ਸਭ ਦਾ ਜਿਹੜੇ ਵੀ 1909-1986 ਆਨਸਰ ਕਰ ਰਹੇ ਆ, ਆਪਸ਼ਨ ਬੀ। ਕੁਐਸਚਨ ਨੰਬਰ 2 ਦੇ ਵੱਲ ਵੱਧਦੇ ਹਾਂ ਜੀ। ਹਾਂਜੀ, ਕਪੂਰ ਸਿੰਘ ਦਾ ਜਨਮ ਜਗਰਾਓਂ ਹੋਇਆ ਸੀ, ਯਾਦ ਰੱਖਿਓ ਜੀ ਇਸ ਨੂੰ। ਕੁਐਸਚਨ ਨੰਬਰ 2 ਹੈ ਜੀ, ਕਪੂਰ ਸਿੰਘ ਦੇ ਮਾਤਾ ਪਿਤਾ ਜੀ ਦਾ ਕੀ ਨਾਂ ਸੀ? ਆਪਸ਼ਨ ਏ ਦੀਦਾਰ ਸਿੰਘ ਹਰਨਾਮ ਕੌਰ, ਬੀ ਹਰਨਾਮ ਸਿੰਘ ਦੀਦਾਰ ਕੌਰ, ਸੀ ਦਲੇਰ ਸਿੰਘ ਹਰਨਾਮ ਕੌਰ, ਡੀ ਹਰਨਾਮ ਸਿੰਘ ਦਲੇਰ ਕੌਰ। ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਏ ਬੀ ਮਿਕਸ ਆਨਸਰ ਆ ਰਹੇ ਆ। ਨਾਵਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਸਟ, ਬਾਕੀ ਧਿਆਨਪੂਰਵਕ ਕਰੋਗੇ ਬਿਲਕੁਲ ਸਹੀ ਆਨਸਰ ਆਵੇਗਾ। ਇਹ ਆਨਸਰ ਆ ਰਿਹਾ ਸਭ ਦਾ, ਦੀਦਾਰ ਸਿੰਘ ਹਰਨਾਮ ਕੌਰ। ਠੀਕ ਹੈ ਜੀ, ਕੁਐਸਚਨ ਨੰਬਰ 3, ਕਪੂਰ ਸਿੰਘ ਲੋਕ ਸਭਾ ਦਾ ਮੈਂਬਰ ਕਦੋਂ ਤੋਂ ਕਦੋਂ ਤੱਕ ਰਿਹਾ? ਆਪਸ਼ਨ ਏ 1962-67, ਬੀ 1962-69, ਸੀ 1969-72, ਡੀ 1979-77। ਗਲਤ ਹੋ ਗਿਆ ਜੀ, 87 ਕਰਨਾ ਸੀ ਇੱਥੇ। ਠੀਕ ਹੈ ਜੀ, ਸੋ ਕਨਫਿਊਜ਼ਨ 'ਚ ਗੜਬੜ ਹੋ ਗਿਆ ਜੀ। ਵੈਸੇ ਮੈਂਬਰ ਪੁੱਛਿਆ ਗਿਆ, ਸੋ ਲੋਕ ਸਭਾ ਦੇ ਮੈਂਬਰ ਰਹੇ ਆ ਜੀ 1962-67। ਠੀਕ ਆ ਜੀ, ਮੈਂ ਕੁਐਸਚਨ ਨੰਬਰ 1 ਦੇ ਨਾਲ ਕਨਫਿਊਜ਼ ਹੋ ਗਿਆ ਜੀ, ਉੱਥੇ ਪੁੱਛਿਆ ਹੋਇਆ ਸੀ ਜੀਵਨ ਕਾਲ। ਕੁਐਸਚਨ ਨੰਬਰ 4 ਹੈ ਜੀ, ਕਪੂਰ ਸਿੰਘ ਵਿਧਾਨ ਸਭਾ ਦਾ ਮੈਂਬਰ ਕਦੋਂ ਤੋਂ ਕਦੋਂ ਤੱਕ ਰਿਹਾ? ਆਪਸ਼ਨ ਹੈ ਜੀ 1962-67, ਬੀ 1962-69, ਸੀ 1969-72, ਅਤੇ ਡੀ ਹੈ ਜੀ 1979-1979। ਆਹੀ ਇੱਕ ਗਲਤ ਹੈ ਆਪਸ਼ਨ। ਠੀਕ ਹੈ ਜੀ, ਇੱਥੇ 87 ਹੀ ਆਉਣਾ ਸੀ, ਡੀ ਆਪਸ਼ਨ ਪਿਛਲੇ ਕੁਐਸਚਨ 'ਚ ਗੜਬੜ ਸੀ, ਸੋ ਡੀ ਨੂੰ 87 ਮੰਨਿਆ ਜਾਵੇ ਜਿਹੜਾ ਲਾਸਟ ਹੈ ਜੀ। ਸੀ ਆਪਸ਼ਨ ਆ ਰਿਹਾ 69-72, ਜਿਹੜੇ ਵੀ ਸੀ ਆਪਸ਼ਨ ਦੇ ਨਾਲ ਜਾ ਰਹੇ ਆ। ਠੀਕ ਹੈ ਜੀ, ਬਾਕੀ ਨੋਟ ਡਾਊਨ ਕਰਨ। ਕੁਐਸਚਨ ਨੰਬਰ 5 ਹੈ ਜੀ, ਕਪੂਰ ਸਿੰਘ ਦੇ ਪ੍ਰਮੁੱਖ ਨਿਬੰਧ ਸੰਗ੍ਰਹਿ ਕਿਹੜੇ ਹਨ? ਆਪਸ਼ਨ ਏ 2, B, 3, C, 4, D, 5। ਕੁਐਸਚਨ ਨੰਬਰ 5 ਦੇ ਲਈ ਕਰੈਕਟ ਆਨਸਰ ਚੁਣੋ ਜੀ। ਪ੍ਰਮੁੱਖ ਨਿਬੰਧ ਸੰਗ੍ਰਹਿ ਕਿੰਨੇ ਹਨ? ਬੀ 6 ਦੇ ਲਈ, 6 ਨੰਬਰ ਤੋਂ ਕੁਐਸਚਨ ਨਹੀਂ ਆਇਆ ਜੀ ਹਜੇ। ਬੀ ਡੀ ਮਿਕਸ ਆਨਸਰ, ਸੋ 3 ਆਨਸਰ ਆ ਰਿਹਾ। ਠੀਕ ਹੈ ਜੀ, ਜਿਹੜੇ ਵੀ ਆਪਸ਼ਨ ਬੀ ਦੇ ਨਾਲ ਜਾ ਰਹੇ ਆ, ਬਾਕੀ ਨੋਟ ਡਾਊਨ ਕਰਨ। ਕੁਐਸਚਨ ਨੰਬਰ 6 ਹੈ ਜੀ ਆਪਣੇ ਕੋਲ। ਹਾਂਜੀ, 3 ਕਿਹੜੇ ਕਿਹੜੇ ਪ੍ਰਮੁੱਖ ਨੇ ਉਹ ਨੋਟ ਡਾਊਨ ਕਰ ਲਓ, ਪੁੰਦਰਿਕ, ਸਪਤ ਸਿੰਘ ਅਤੇ ਬਹੁ ਵਿਸਤਾਰ। ਰਾਰਾ ਮਿਸ ਹੋ ਗਿਆ ਜੀ ਸਰਿੰਗ ਦੇ ਵਿੱਚ। ਕੁਐਸਚਨ ਨੰਬਰ 6 ਹੈ ਜੀ, ਕਪੂਰ ਸਿੰਘ ਦੀ ਵਿਵਾਦਗ੍ਰਸਤ ਰਚਨਾ ਕਿਹੜੀ ਹੈ? ਆਪਸ਼ਨ ਏ ਪੁੰਦਰਿਕ, ਬੀ ਸਪਤ ਸਿੰਘ,
ਸੀ ਬਹੁ ਵਿਸਤਾਰ, ਡੀ ਸਾਚੀ ਸਾਖੀ। 6 ਦੇ ਲਈ ਡੀ ਆਪਸ਼ਨ ਆ ਚੁੱਕਾ ਹੈ, ਲਗਭਗ ਸਭ ਦਾ ਹੀ 1972। ਠੀਕ ਹੈ ਜੀ, ਜਿਹੜੇ ਵੀ ਸੀ ਆਪਸ਼ਨ ਆਨਸਰ ਕਰ ਰਹੇ ਆ, ਕਿਉਂਕਿ ਸਰਕਾਰ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾਂ ਫਿਰ ਸਰਕਾਰ ਦੇ ਬਾਰੇ ਖੁੱਲ੍ਹ ਕੇ ਲਿਖਿਆ ਇਹਨਾਂ ਨੇ ਸਾਚੀ ਸਾਖੀ ਦੇ ਵਿੱਚ। ਕੁਸ਼ਚਨ ਨੰਬਰ 7 ਹੈ ਜੀ, ਸਾਚੀ ਸਾਖੀ ਪੁਸਤਕ ਪਹਿਲੀ ਵਾਰ ਕਦੋਂ ਛਪੀ? ਆਪਸ਼ਨ ਏ 1972, ਬੀ 1973, ਸੀ 1977, ਡੀ 1979। ਕਰੋ ਜੀ ਆਂਸਰ ਕੁਸ਼ਚਨ ਨੰਬਰ 7 ਦੇ ਲਈ। ਆਲਰੇਡੀ ਆਂਸਰ ਪਹਿਲਾਂ ਵੀ ਆ ਚੁੱਕਾ ਹੈ, ਇਹ ਆਂਸਰ ਆ ਰਿਹਾ ਜੀ 1972, ਬਿਲਕੁਲ ਠੀਕ ਹੈ ਜੀ। ਕੁਸ਼ਚਨ ਨੰਬਰ 8, ਸਾਚੀ ਸਾਖੀ ਦਾ ਦੂਜਾ ਜਾਂ ਫਿਰ ਵਿਸਤ੍ਰਿਤ ਐਡੀਸ਼ਨ ਕਦੋਂ ਪ੍ਰਕਾਸ਼ਿਤ ਹੋਇਆ, ਕਦੋਂ ਛਪਿਆ? ਆਪਸ਼ਨ ਏ 1972, ਬੀ 1973, ਸੀ 1977, ਡੀ 1979। 79 ਦੇ ਲਈ ਇਹ ਠੀਕ ਹੈ ਜੀ। 8 ਦੇ ਲਈ ਬੀ ਆਪਸ਼ਨ ਆ ਰਿਹਾ ਜੀ, ਡੀ ਆਪਸ਼ਨ ਆ ਰਿਹਾ ਸਭ ਦਾ 1979। ਠੀਕ ਹੈ ਜੀ, ਜਿਹੜੇ ਵੀ ਆਪਸ਼ਨ ਡੀ ਦੇ ਨਾਲ ਜਾ ਰਹੇ ਆ 1979। ਕੁਸ਼ਚਨ ਨੰਬਰ 9 ਹੈ ਜੀ ਆਪਣੇ ਕੋਲ, ਹਾਂਜੀ ਕੁਸ਼ਚਨ ਨੰਬਰ 9 ਹੈ ਜੀ, ਕਪੂਰ ਸਿੰਘ ਦਾ ਜੀਵਨੀਆਂ ਪ੍ਰਧਾਨ ਨਿਬੰਧ ਸੰਗ੍ਰਹਿ ਕਿਹੜਾ ਹੈ? ਆਪਸ਼ਨ ਏ ਪੁੰਦਰਿਕ, ਬੀ ਸਪਤ ਸ੍ਰਿੰਗ, ਸੀ ਬਹੁ ਵਿਸਤਾਰ, ਡੀ ਸਾਚੀ ਸਾਖੀ। ਕੁਸ਼ਚਨ ਨੰਬਰ 9 ਦੇ ਲਈ ਕਰੈਕਟ ਆਂਸਰ ਕਰਿਆ ਜਾਵੇ ਜੀ, ਹਾਂਜੀ ਫਟਾਫਟ ਆਂਸਰ ਕਰੋ ਕੁਸ਼ਚਨ ਨੰਬਰ 9 ਦੇ ਲਈ। 9 ਨੰਬਰ ਦੇ ਲਈ ਵੀ ਆਪਸ਼ਨ ਸਪਤ ਸ੍ਰਿੰਗ ਕੀਤਾ ਜਾ ਰਿਹਾ ਆਂਸਰ, ਠੀਕ ਹੈ ਜੀ, ਜਿਹੜੇ ਵੀ ਆਪਸ਼ਨ ਬੀ ਦੇ ਨਾਲ ਜਾ ਰਿਹਾ ਜੀ, ਬਾਕੀ ਕਰਨ ਜੀ ਨੋਟ ਡਾਊਨ। ਸਪਤ ਸ੍ਰਿੰਗ ਜੀਵਨੀਆਂ ਨੇ ਇਹਦੇ 'ਚ। ਕੁਸ਼ਚਨ ਨੰਬਰ 10 ਹੈ ਜੀ, ਕਪੂਰ ਸਿੰਘ ਦੁਆਰਾ ਇਤਿਹਾਸ 'ਤੇ ਆਪਣੇ ਅਨੁਭਵ, ਇਤਿਹਾਸ 'ਤੇ ਆਪਣੇ ਅਨੁਭਵ ਕਿਸ ਪੁਸਤਕ ਵਿੱਚ ਦਰਜ ਹਨ? ਕਰੋ ਜੀ ਆਂਸਰ ਕੁਸ਼ਚਨ ਨੰਬਰ 10 ਦੇ ਲਈ। ਇਹ ਆਪਸ਼ਨ ਹੈ ਜੀ ਪੁੰਦਰਿਕ, ਬੀ ਸਪਤ ਸ੍ਰਿੰਗ, ਸੀ ਬਹੁ ਵਿਸਤਾਰ, ਡੀ ਸਾਚੀ ਸਾਖੀ। ਵੈਰੀ ਗੁੱਡ ਈਵਨਿੰਗ ਜੀ, ਡੀ ਆਂਸਰ ਆ ਰਿਹਾ, ਸੀ ਆ ਰਿਹਾ, ਮਿਕਸ ਆਂਸਰ 10 ਨੰਬਰ ਦੇ ਲਈ, ਏ ਵੀ ਆ ਚੁੱਕਾ ਹੈ। ਸੋ ਮਿਲਿਆ ਜੁਲਿਆ ਆਂਸਰ ਕੀਤਾ ਜਾ ਰਿਹਾ, ਜਿਹੜੇ ਵੀ ਆਂਸਰ ਕਪੂਰ ਸਿੰਘ ਆਪਣੇ ਅਨੁਭਵ, ਠੀਕ ਹੈ ਜੀ, ਜਿਹੜੇ ਵੀ ਆਂਸਰ ਡੀ ਕਰ ਰਹੇ ਆ ਸਾਚੀ ਸਾਖੀ। ਕੁਸ਼ਚਨ ਨੰਬਰ 11 ਦੇ ਵੱਲ ਵੱਧਦੇ ਹਾਂ ਜੀ, 11 ਨੰਬਰ ਹੈ, ਸਤਿ ਸ਼੍ਰੀ ਅਕਾਲ ਜੀ। 11 ਨੰਬਰ ਕੁਸ਼ਚਨ ਹੈ ਜੀ, ਸਾਚੀ ਸਾਖੀ ਦਾ ਮੁੱਖ ਬੰਦ ਕਿਸਨੇ ਲਿਖਿਆ? ਆਪਸ਼ਨ ਏ ਤੇਜਾ ਸਿੰਘ, ਬੀ ਗੰਡਾ ਸਿੰਘ, ਸੀ ਗਿਆਨੀ ਦਿੱਤ ਸਿੰਘ, ਡੀ ਪਿਆਰਾ ਸਿੰਘ ਪਦਮ। 11 ਨੰਬਰ ਲਈ ਬੀ ਆਪਸ਼ਨ ਆ ਚੁੱਕਾ ਹੈ ਜੀ, ਬਾਕੀ ਵੀ ਕਰਨ ਏ ਵੀ ਆ ਰਿਹਾ ਹੈ, ਮਿਕਸ ਜੇ ਆਂਸਰ। ਸੋ ਜਿਹੜੇ ਵੀ ਆਂਸਰ ਬੀ ਕਰ ਰਹੇ ਨੇ, ਗੰਡਾ ਸਿੰਘ, ਠੀਕ ਹੈ ਜੀ, ਬਾਕੀ ਕਰਨ ਜੀ ਨੋਟ ਡਾਊਨ। ਕੁਸ਼ਚਨ ਨੰਬਰ 12 ਦੇ ਵੱਲ ਵੱਧਦੇ ਜੀ, 12 ਨੰਬਰ ਜੀ, ਸਪਤ ਸਿੰਘ ਵਿੱਚ ਕਿੰਨੇ ਮਹਾਂਪੁਰਖਾਂ ਦੇ ਜੀਵਨ ਅਤੇ ਚਾਨਣਾ ਪਾਇਆ ਹੈ? ਆਪਸ਼ਨ ਏ 5, ਬੀ 6, ਸੀ 7, ਡੀ 9। ਸਹੀ ਆਂਸਰ ਕੁਸ਼ਚਨ ਨੰਬਰ 12 ਦੇ ਲਈ ਚੁਣਿਆ ਜਾਵੇ ਜੀ, ਸੀ ਆ ਰਿਹਾ ਸਭ ਦਾ ਆਂਸਰ, ਠੀਕ ਹੈ ਜੀ, ਜਿਹੜੇ ਵੀ ਸੀ ਆਂਸਰ ਕਰ ਰਹੇ ਨੇ ਤੋਂ ਹੀ ਕਲੀਅਰ ਹੋ ਜਾਂਦਾ, ਸਪਤ ਮਤਲਬ 7, ਠੀਕ ਹੈ ਜੀ। ਕੁਸ਼ਚਨ ਨੰਬਰ 13, 13 ਨੰਬਰ ਹੈ ਜੀ, ਪੁੰਦਰਿਕ ਵਿੱਚ ਕਿੰਨੇ ਨਿਬੰਧ ਦਰਜ ਹਨ? ਆਪਸ਼ਨ ਏ 9, ਬੀ 10, ਸੀ 13, ਡੀ 15। ਕਰੋ ਜੀ ਆਂਸਰ ਕੁਸ਼ਚਨ ਨੰਬਰ 13 ਦੇ ਲਈ, ਬੀ ਆਂਸਰ ਆ ਚੁੱਕਾ ਹੈ, ਲਗਭਗ ਸਭ ਦਾ ਹੀ ਬੀ ਆ ਰਿਹਾ 10। ਠੀਕ ਹੈ ਜੀ, 10 ਨਿਬੰਧ ਸੰਗ੍ਰਹਿ ਨੇ, ਸੋਰੀ 10 ਨਿਬੰਧ ਦਰਜ ਨੇ ਪੁੰਦਰਿਕ ਦੇ ਵਿੱਚ। ਕੁਸ਼ਚਨ ਨੰਬਰ 14 ਜੀ, ਕਪੂਰ ਸਿੰਘ ਦਾ ਧਾਰਮਿਕ ਅਤੇ ਇਤਿਹਾਸਿਕ ਨਿਬੰਧਾਂ ਦਾ ਸੰਗ੍ਰਹਿ ਕਿਹੜਾ ਹੈ? ਆਪਸ਼ਨ ਏ ਪੁੰਦਰਿਕ, ਬੀ ਸਪਤ ਸ੍ਰਿੰਗ, ਸੀ ਬਹੁ ਵਿਸਤਾਰ, ਡੀ ਸਾਚੀ ਸਾਖੀ। ਸਹੀ ਆਂਸਰ ਕੁਸ਼ਚਨ ਨੰਬਰ 14 ਲਈ ਕਰਿਆ ਜਾਵੇ, ਹਾਂਜੀ ਕੁਸ਼ਚਨ ਨੰਬਰ 14 ਦੇ ਲਈ ਆ ਰਿਹਾ ਜੀ, ਸੀ ਡੀ ਮਿਕਸ ਆਂਸਰ। ਸੋ ਮੋਸਟਲੀ ਸੀ ਆਂਸਰ ਬਹੁ ਵਿਸਤਾਰ ਕੀਤਾ ਜਾ ਰਿਹਾ, ਠੀਕ ਹੈ ਜੀ, ਜਿਹੜੇ ਵੀ ਆਪਸ਼ਨ ਸੀ ਦੇ ਨਾਲ ਜਾ ਰਹੇ ਆ, ਜਿਨ੍ਹਾਂ ਦਾ ਸੀ ਤੋਂ ਸਿਵਾਏ ਕੋਈ ਹੋਰ ਆਂਸਰ ਆਇਆ ਜੀ, ਬਾਕੀ ਨੋਟ ਡਾਊਨ ਕਰਨ। ਕੁਸ਼ਚਨ ਨੰਬਰ 15 ਹੈ ਜੀ, ਬਹੁ ਵਿਸਤਾਰ ਵਿੱਚ ਕਿੰਨੇ ਨਿਬੰਧ ਦਰਜ ਹਨ? ਆਪਸ਼ਨ ਏ 9, ਬੀ 10, ਸੀ 13, ਡੀ 15। ਪ੍ਰਸ਼ਨ ਨੰਬਰ 15, ਕਰੋ ਜੀ ਸਹੀ ਆਂਸਰ, ਲਾਈਕ ਐਂਡ ਸ਼ੇਅਰ ਕਰਦੇ ਰਿਹਾ ਕਰੋ ਜੀ, ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ। ਅੱਜ ਕੱਲ੍ਹ ਮੈਂ ਦੇਖ ਰਿਹਾ ਜੀ ਰਿਸਪੋਂਸ ਉਨਾ ਨਹੀਂ ਆ ਰਿਹਾ ਜਿੰਨਾ ਕਿ ਅੱਗੇ ਆ ਰਿਹਾ ਸੀ ਲਾਸਟ 10 ਕੁ ਦਿਨਾਂ ਤੋਂ, ਇਹ ਘਟਦਾ ਜਾ ਰਿਹਾ ਇੰਟਰਸਟ ਤੁਹਾਡਾ, ਜਾਂ ਫਿਰ ਨੈਟਵਰਕ, ਜਾਂ ਫਿਰ ਬਿਜ਼ੀ, ਜਾਂ ਹੋਰ ਕੋਈ ਤੁਹਾਡੀ ਪਰਸਨਲ ਸਮੱਸਿਆ ਹੋ ਸਕਦੀ ਹੈ।
बट जो मैनू दिखाई दे रहा वो यही है। सो बी ऑप्शन 10 आंसर आ रहा, बिल्कुल ठीक है। क्वेश्चन नंबर 16 दे वल वधदे हां। कपूर सिंह दी संस्कृत भाषा विच केड़ी पुस्तक है? ऑप्शन ए पुंदरिक, बी सप्तश्रृंग, सी बहु विस्तार, डी साची साखी। सही आंसर क्वेश्चन नंबर 16 लिए करो जी। 16 का ए आंसर आ रहा पुंदरिक, बाकी भी करन जी आंसर लगभग सारे ए ऑप्शन दे नाल। बी भी आ रहा जी, बट जिन्होंने भी आंसर ए करया पुंदरिक बिल्कुल ठीक है जी। बाकी नोट डाउन करन, क्वेश्चन नंबर 17 दे वल वधदे हां जी। 17 नंबर, पुंदरिक शब्द का की अर्थ है? ऑप्शन ए गुलाब का फुल, बी गेंदे का फुल, सी कमल का फुल, डी फुलां दा झुंड। सही आंसर क्वेश्चन नंबर 17 लिए करो जी। 17 के लिए सी ऑप्शन आ रहा जी, कमल का फुल। बी भी आ रहा, जिहड़े भी सी ऑप्शन दे नाल जा रहे हैं कमल का फुल बिल्कुल ठीक है। बाकी नोट डाउन करन, क्वेश्चन नंबर 18। कपूर सिंह एक खोजी लिखारी है तो उसकी खोज का दायरा अमुक है, किसका कथन है जी? ऑप्शन ए जी तेजा सिंह, बी गंडा सिंह, सी ज्ञानी दित्त सिंह, डी प्यारा सिंह पदम। क्वेश्चन नंबर 18 के लिए करैक्ट आंसर करो जी। हाँ जी फटाफट आंसर करो 18 के लिए। 18 के लिए बी ऑप्शन ए मैक्स आंसर आ रहा है, बट मोस्टली ए ऑप्शन दे नाल जा रहे हैं तेजा सिंह। जिन्हों का भी आंसर ए आया बिल्कुल ठीक है। बाकी नोट डाउन करन, क्वेश्चन नंबर 19। कपूर सिंह नेशनल प्रोफेसर ऑफ सिखिज़म कदों चुने गए? ऑप्शन ए 71, बी 1973, सी 1975, डी 1977। सही आंसर क्वेश्चन नंबर 19 लिए कराया जाए जी। लोक साहित्य दे विच मिक्स क्वेश्चन करवाए हुए है जी, जिहड़ियां 188 क्लासेस लगियां हुई ने उन्हां दे विच तुहानूं मिलणगियां। लास्ट दे विच मे बी 120 130 इत्थे कोई मिल सकदियां ने वो क्लासेस, ठीक है जी। सो देख सकते हो क्वेश्चन नंबर 19 के लिए बी ऑप्शन आ रहा जी 1973, ठीक है जी। क्वेश्चन नंबर 20 दे वल वधदे हां जी। हाँ जी क्वेश्चन नंबर 20 है जी, कपूर सिंह दी वार्तक दा प्रधान गुण केड़ा है? ऑप्शन ए रस, बी शब्दों की चोण, सी बौद्धिकता, डी इन्हां विच कोई भी नहीं। 20 नंबर लिए करैक्ट आंसर करो। सब तो करैक्ट आंसर केड़ा रहेगा क्वेश्चन नंबर 20 दे लई? सो लोक साहित्य दे रूप जिहड़े जां साहित्य दे रूप ये सारे ही मिक्स करवाए हुए आ, क्वेश्चन जिहड़ी सीरीज़ है मिक्स क्वेश्चन आंसर वाली उहदे विच है, सिंगल सिंगल टॉपिक नहीं करवाया होया। 20 नंबर दे लई सब दा आंसर आ रहा जी सी ऑप्शन बौद्धिकता, ठीक है जी। क्वेश्चन नंबर 21, 21 नंबर है जी, सप्तश्रृंग विच किस दे जीवन दा ब्यौरा नहीं है? ऑप्शन ए बाबा राम सिंह कूका, बी महात्मा गांधी, सी संत फ्रांसीसी असीसी, डी न्यूटन। सही आंसर क्वेश्चन नंबर 21 दे लिए करो जी। हाँ जी दिते हुए ऑप्शन दे विच्चों किस बारे नहीं है जी? सप्तश्रृंग दे विच बी आंसर महात्मा गांधी आंसर आया, ठीक है जी। क्वेश्चन नंबर 22 दे वल वधदे हां जी, सप्तश्रृंग विच किस दे जीवन दा ब्यौरा नहीं है? ऑप्शन ए शंकराचार्य, बी रोजा लक्षमबर्ग, सी भगत सिंह, डी मीरा। करैक्ट आंसर क्वेश्चन नंबर 22 लई करो जी। सो उपरले 3 ते 3 इस दे विच है जी, सप्तश्रृंग दे विच टोटल 7 6 हो जाणगे आ, 3 ते 3 सी आंसर ठीक है, ठीक है जी। ते 7वां जी गौतम बुद्ध, 7 जीवनी परखने लेख। क्वेश्चन नंबर 23 है जी, कपूर सिंह कितों के डिप्टी कमिश्नर भी रहे? ऑप्शन ए जम्मू कश्मीर, बी कांगड़ा, सी चंडीगढ़, डी पटियाला। क्वेश्चन नंबर 23 के लिए करैक्ट आंसर करो जी। 23 का बी आंसर किया जा रहा जी सब दे वल्लों कांगड़ा, ठीक है जी, जड़े भी ऑप्शन बी दे नाल जा रहे। क्वेश्चन नंबर 24 दे वल वधदे हां जी, 24 नंबर है, किस निबंध दे इत्थे आना सी जी, निबंध संग्रह दे, ठीक है जी। किस निबंध संग्रह दे 10 लेखां विच्चों 8 लगभग इतिहासिक ते धार्मिक विषयां दे नाल
संबंधित ने धार्मिक विषयों वाले लेख ने। एक केड़ी पुस्तक है जी? ऑप्शन ए पुंदरिक, बी सप्त श्रृंग, सी बहु विस्तार, डी साची साखी। किड़े निबंध संग्रह के अठ लेख इतिहासिक धार्मिक ने? सी ऑप्शन आंसर आ रहा, बहु विस्तार। जिहड़े भी आंसर कर रहे हैं ऑप्शन सी बिल्कुल ठीक है जी सब दा। बाकी नोट डाउन कर। क्वेश्चन नंबर 25 है जी, कपूर सिंह दी कपूर सिंह कदों तो कदों तक डिप्टी कमिश्नर रहे? ऑप्शन ए 1911 तो 1962, बी 1921 तो 1962, सी 1931 तो 1962, डी 1941 तो 1962। 25 नंबर के लिए ऑप्शन सी आंसर किया गया है सब दे वालों ही लगभग। ठीक है जी, जिहड़े भी सी ऑप्शन दे नाल जा रहे हैं। बाकी नोट डाउन करन। क्वेश्चन नंबर 26, कपूर सिंह नूं डिप्टी कमिश्नर की नौकरी तो क्यों मुअत्तल किया गया? ऑप्शन ए सेहत समस्या करके, बी अयोग सिद्ध होण करके, सी रुपया दे गबन करके, डी इन्हां विच्चों कोई भी नहीं। क्वेश्चन नंबर 26 दे लई सी आंसर आ चुका है। बाकी भी करन लगभग सारे ही ऑप्शन सी दे नाल जा रहे हैं। ठीक है जी, जिहड़े भी आंसर सी कर रहे ने रुपया दे गबन करके, ये लगभग 13,000 रुपए का घोटाला दसया गया सी, जिस करके इन्हां नूं नौकरी तो हटाया गया। क्वेश्चन नंबर 27 है जी, कपूर सिंह ते लगाए गए आरोप किसने मनघड़त ते गैर कानूनी दसे हन? ऑप्शन ए तेजा सिंह, बी गंडा सिंह, सी ज्ञानी दित सिंह, डी प्यारा सिंह पदम। 27 नंबर दे लई आंसर बी आ रहा है, गंडा सिंह। बाकी भी आंसर करन जी, सारे ही लगभग ऑप्शन बी दे नाल जा रहे हैं। बिल्कुल ठीक है जी, गंडा सिंह। क्वेश्चन नंबर 28, कपूर सिंह दी पुस्तक पुंदरिक दा पहला लेख केड़ा है? ऑप्शन ए गुरु नानक, बी बाबा राम सिंह कूका, सी हिपोगेंडा, डी चिट्टा सोना। सो जिहड़े भी नवे वीटर ने चैनल ते चैनल नूं सबसक्राइब करके बैल आइकन दबाउणा ना भुल्लण, ताकि मोटिवेशन मिलदा रहे ते तुहानूं मिलदा रहे नोटिफिकेशन। लाइक एंड शेयर भी करदे रहिया करो जी। आंसर आ रहा जी ए बी मिक्स, जिहड़े भी आंसर बी कर रहे ने बाबा राम सिंह कूका, गलत हो गया जी उन्हां दा। आंसर आवेगा जी ऑप्शन ए गुरु नानक। क्वेश्चन नंबर 27 दे लई आखिरी जेकर पूछा जाए, ठीक है जी, पुंदरिक दा तां ओह सतनामी साधु होवेगा। ते 29 नंबर है जी, कपूर सिंह दी पुस्तक सप्त श्रृंग दा पहला लेख किहड़ा है? ऑप्शन ए गुरु नानक, बी बाबा राम सिंह कूका, सी हिपोगेंडा, डी चिट्टा सोना। करो जी आंसर क्वेश्चन नंबर 29 दे लई। 29 नंबर दे लई बी ऑप्शन आ रहा, बाबा राम सिंह कूका। ठीक है जी, जिहड़े भी आंसर बी दे नाल जा रहे हैं। वैसे बहुत ही रेयर चांस है कि इस तरह का कोई क्वेश्चन पूछा जाए। आखिरी लेखे दे विच गौतम बुद्ध आ जिहड़े दो क्वेश्चन अडिशनल कह सकते हो। क्वेश्चन नंबर 30, कपूर सिंह दे इतिहासिक धार्मिक साहित्यिक सभ्याचारक लेख किस पुस्तक विच दर्ज हैं? ऑप्शन ए पुंदरिक, बी सप्त श्रृंग, सी बहु विस्तार, डी साची साखी। क्वेश्चन नंबर 30 दे लई करैक्ट आंसर करो जी। 30 नंबर दे लई ए ऑप्शन आ चुका है, सी वी आ रहा है, मिक्स जे आंसर ए ते सी दोवें आंसर किए जा रहे हैं, जिन्हों का भी आंसर है जी पुंदरिक ऑप्शन ए। ठीक है जी, जिन्हों ने भी पुंदरिक आंसर करे जी करैक्ट है जी। बाकी नोट डाउन करन। क्वेश्चन नंबर 31 नंबर जी, कपूर सिंह का निबंध संग्रह नहीं है? ऑप्शन ए पुंदरिक, बी बहु विस्तार, सी साची साखी, डी सप्त श्रृंग। सही आंसर क्वेश्चन नंबर 31 लिख करो जी। हाँ जी, वैसे निबंध संग्रह कुछ मानते भी आ कुछ नहीं भी मानते आ, क्योंकि ये पत्र भी शामिल ने ते निबंध भी ने कुछ क, इस करके एक मिली जुली जी रचना कह सकते हो। आंसर सी जिहड़े भी कर रहे हैं करैक्ट है जी क्वेश्चन नंबर 31 के लिए। बाकी तिने ही निबंध संग्रह ने। क्वेश्चन नंबर 32 ਦੇ ਵੱਲ ਵਧਦਿਆਂ ਜੀ, ਕਪੂਰ ਸਿੰਘ ਨੇ ਪੰਜਾਬੀ ਵਿੱਚ ਪਹਿਲੀ ਵਾਰ ਵਿਗਿਆਨਕ ਲੇਖ ਕਿਹੜਾ ਲਿਖਿਆ? ਆਪਸ਼ਨ ਏ ਗੁਰੂ ਨਾਨਕ ਦਾ ਉਪਦੇਸ਼, ਬੀ ਫਤਿਹਨਾਮਾ, ਸੀ ਚੀਨ, ਡੀ ਲੱਖ ਅਗਾਸਾ ਅਗਾਸ। ਕੁਸ਼ਚਨ ਨੰਬਰ 32 ਦੇ ਲਈ ਕਰੋ ਜੀ ਆਂਸਰ। 32 ਦਾ ਡੀ ਆਂਸਰ ਆ ਚੁੱਕਾ ਹੈ। ਬਾਕੀ ਵੀ ਕਰਨ ਫਟਾਫਟ ਆਂਸਰ ਕੁਸ਼ਚਨ ਨੰਬਰ 32 ਦੇ ਲਈ। ਲਗਭਗ ਸਾਰੇ ਹੀ ਡੀ ਆਂਸਰ ਦੇ ਨਾਲ ਜਾ ਰਹੇ ਆ ਅਤੇ ਸਭ ਦਾ ਹੈ ਜੀ ਬਿਲਕੁਲ ਕੁਰੈਕਟ। ਕੁਸ਼ਚਨ ਨੰਬਰ 33 ਨੰਬਰ ਹੈ ਜੀ, ਕਪੂਰ ਸਿੰਘ
ਦੇ ਕਿਸ ਸੰਗ੍ਰਹਿ ਵਿੱਚ ਜੀਵਨੀ ਪਰਕ ਰਚਨਾਵਾਂ ਸ਼ਾਮਲ ਹਨ? ਆਪਸ਼ਨ ਏ ਪੁੰਦਰਿਕ, ਬੀ ਬਹੁ ਇਸਤਾਰ, ਸੀ ਸਾਚੀ ਸਾਖੀ, ਡੀ ਸਪਤ ਸ੍ਰਿੰਗ। ਸਹੀ ਆਂਸਰ ਕੁਸ਼ਚਨ ਨੰਬਰ 33 ਲਈ ਕਰਿਆ ਜਾਵੇ ਜੀ। 33 ਨੰਬਰ ਦੇ ਲਈ ਡੀ ਆਪਸ਼ਨ ਆ ਰਿਹਾ ਜੀ, ਸਪਤ ਸ੍ਰਿੰਗ। ਬਾਕੀ ਵੀ ਕਰਨ ਕੁਸ਼ਚਨ ਨੰਬਰ 33 ਲਈ ਆਂਸਰ। ਠੀਕ ਹੈ ਜੀ, ਜਿਹੜੇ ਵੀ ਆਂਸਰ ਕਰ ਰਹੇ ਨੇ ਆਪਸ਼ਨ ਡੀ ਸਪਤ ਸ੍ਰਿੰਗ। ਬਾਕੀ ਨੋਟ ਡਾਊਨ ਕਰਨ ਕੁਸ਼ਚਨ ਨੰਬਰ 34। ਤਤਕਾਲੀ ਰਾਜਨੀਤਿਕ ਵਧੀਕੀਆਂ ਬਾਰੇ ਕਿਸ ਪੁਸਤਕ ਵਿੱਚ ਵਿਰੋਧ ਕੀਤਾ ਗਿਆ ਹੈ? ਆਪਸ਼ਨ ਏ ਪੁੰਦਰਿਕ, ਬੀ ਬਹੁ ਵਿਸਥਾਰ, ਸੀ ਸਾਚੀ ਸਾਖੀ, ਡੀ ਸਪਤ ਸ੍ਰਿੰਗ। ਪਿੱਛੇ ਆਪਾਂ ਡਿਸਕਸ ਵੀ ਕਰਿਆ ਹੈ, ਸੋ ਗਲਤ ਨਹੀਂ ਹੋਣਾ ਚਾਹੀਦਾ। 34 ਨੰਬਰ ਦੇ ਲਈ ਆ ਰਿਹਾ ਜੀ ਸੀ ਆਪਸ਼ਨ, ਸਾਚੀ ਸਾਖੀ। ਲਗਭਗ ਸਭ ਦਾ ਹੀ ਆਂਸਰ ਸੀ ਵਿੱਚੋਂ 'ਚ ਬੀ ਆਪਸ਼ਨ ਵੀ ਆ ਚੁੱਕਾ ਹੈ ਅਤੇ ਏ ਵੀ। ਮੋਸਟਲੀ ਆਂਸਰ ਸੀ ਬਿਲਕੁਲ ਕਰੈਕਟ ਹੈ ਜੀ, ਸਾਚੀ ਸਾਖੀ ਦੇ ਵਿੱਚ ਸਰਕਾਰ ਦਾ ਇਹਨਾਂ ਨੇ ਖੁੱਲ੍ਹ ਕੇ ਵਿਰੋਧ ਕੀਤਾ ਹੈ, ਰਾਜਨੀਤਿਕ ਵਧੀਕੀਆਂ ਜੋ ਨੇ। ਕੁਸ਼ਚਨ ਨੰਬਰ 35 ਹੈ ਜੀ, ਲੱਖ ਅਗਾਸਾ ਗਾਸ ਕਿਸ ਪੁਸਤਕ ਵਿੱਚ ਦਰਜ ਹੈ? ਆਪਸ਼ਨ ਏ ਪੁੰਦਰਿਕ, ਬੀ ਸਪਤ ਸ਼੍ਰਿੰਗ, ਸੀ ਬਹੁ ਵਿਸਤਾਰ, ਡੀ ਸਾਚੀ ਸਾਖੀ। ਕੁਸ਼ਚਨ ਨੰਬਰ 35 ਸਹੀ ਆਂਸਰ ਚੁਣਿਆ ਜਾਵੇ ਜੀ 35 ਨੰਬਰ ਦੇ ਲਈ। 35 ਨੰਬਰ ਦੇ ਲਈ ਸੀ ਆਂਸਰ ਆ ਚੁੱਕਾ ਹੈ, ਬਾਕੀ ਵੀ ਆਂਸਰ ਕਰੋ ਕੁਸ਼ਚਨ ਨੰਬਰ 35 ਦੇ ਲਈ। ਸਾਰੇ ਹੀ ਲਗਭਗ ਸੀ ਆਪਸ਼ਨ ਦੇ ਨਾਲ ਜਾ ਰਹੇ ਆ, ਬਹੁ ਵਿਸਤਾਰ ਬਿਲਕੁਲ ਠੀਕ ਆ ਜੀ, ਜਿਹੜੇ ਵੀ ਆਂਸਰ ਸੀ ਕਰ ਰਹੇ ਆ। ਬਾਕੀ ਨੋਟ ਡਾਊਨ ਕਰਨ। ਕੁਸ਼ਚਨ ਨੰਬਰ 36 ਦੇ ਵੱਲ ਵੱਧਦੇ ਹਾਂ ਜੀ, ਮਹਾਰਾਜਾ ਰਣਜੀਤ ਸਿੰਘ ਦੀ ਭਾਸ਼ਾ ਨੀਤੀ ਲੇਖ ਕਿਸ ਪੁਸਤਕ ਵਿੱਚ ਦਰਜ ਹੈ? ਆਪਸ਼ਨ ਏ ਪੁੰਦਰਿਕ, ਬੀ ਬਹੁ ਵਿਸਤਾਰ, ਸੀ ਸਾਚੀ ਸਾਖੀ, ਡੀ ਸਪਤ ਸ੍ਰਿੰਗ। ਸਹੀ ਆਂਸਰ ਕੁਸ਼ਚਨ ਨੰਬਰ 36 ਦੇ ਲਈ ਕਰਿਆ ਜਾਵੇ ਜੀ। 36 ਨੰਬਰ ਦੇ ਲਈ ਕੁਰੈਕਟ ਆਂਸਰ ਕਰੋ ਜੀ। ਹਾਂਜੀ, 36 ਨੰਬਰ 'ਤੇ ਲਈ ਆ ਰਿਹਾ ਜੀ ਆਪਸ਼ਨ ਬੀ, ਮੋਸਟਲੀ ਸੀ ਵੀ ਆ ਰਿਹਾ। ਬੀ ਅਤੇ ਸੀ ਦੋਵੇਂ ਆਂਸਰ ਕੀਤੇ ਜਾ ਰਹੇ, ਜਿਨ੍ਹਾਂ ਨੇ ਵੀ ਆਂਸਰ ਬੀ ਆਪਸ਼ਨ ਕਰਿਆ ਜੀ ਬਿਲਕੁਲ ਠੀਕ ਆ। ਬਾਕੀ ਨੋਟ ਡਾਊਨ ਕਰਨ, ਜਿਨ੍ਹਾਂ ਦਾ ਬੀ ਤੋਂ ਸਿਵਾਏ ਕੋਈ ਹੋਰ ਆਂਸਰ ਆਇਆ। ਕੁਸ਼ਚਨ ਨੰਬਰ 37 ਦੇ ਵੱਲ ਵੱਧਦੇ ਹਾਂ ਜੀ, ਕਪੂਰ ਸਿੰਘ ਦੇ ਭਾਸ਼ਣ ਅਤੇ ਲੇਖਾਂ ਦਾ ਸੰਗ੍ਰਹਿ ਹੈ? ਆਪਸ਼ਨ ਏ ਬਿਖਮੈ ਅੰਮ੍ਰਿਤ, ਬੀ ਰਾਜ ਕਰੇਗਾ ਖਾਲਸਾ ਅਤੇ ਹੋਰ ਲੇਖ, ਸੀ ਨਵੀਂ ਕਚੇਸ਼ਟਾ, ਡੀ ਪੰਜ ਨਦ। 37 ਨੰਬਰ ਲਈ ਕੁਰੈਕਟ ਆਂਸਰ ਕਰੋ ਜੀ। ਕੁਸ਼ਚਨ ਨੰਬਰ 37 ਦੇ ਲਈ ਇਹ ਆਪਸ਼ਨ ਬੀ ਆ ਚੁੱਕਾ ਹੈ, ਏ ਅਤੇ ਬੀ ਦੋਵੇਂ ਆ ਰਹੇ ਆ। ਜਿਹੜੇ ਵੀ ਆਂਸਰ ਏ ਕਰ ਰਹੇ ਨੇ, ਬਿਖਮੈ ਅੰਮ੍ਰਿਤ ਬਿਲਕੁਲ ਠੀਕ ਆ ਜੀ, ਆਪਸ਼ਨ ਏ। 2001 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹ ਲਗਭਗ। ਕੁਸ਼ਚਨ ਨੰਬਰ 38 ਹੈ ਜੀ, ਕਪੂਰ ਸਿੰਘ ਦੀ ਪੁਸਤਕ ਹੈ? ਆਪਸ਼ਨ ਏ ਸਿੱਖਿਜ਼ਮ ਫੋਰ ਮਾਡਰਨ ਮੈਨ, ਬੀ ਗੁਰੂ ਅਰਜਨ ਦੇਵ ਐਂਡ ਹਿਸ ਸੁਖਮਣੀ, ਸੀ ਪ੍ਰੈਸ਼ਰ ਪਰਸਨਾ ਆਫ ਬੈਸਾਖੀ ਆਫ ਗੁਰੂ ਗੋਬਿੰਦ ਸਿੰਘ ਜੀ, ਡੀ ਹੈ ਜੀ ਆਲ ਆਫ ਦੀਜ਼। 38 ਨੰਬਰ ਦੇ ਲਈ ਉਪਰੋਕਤ ਸਾਰੇ ਸਹੀ ਹੈ ਜੀ, ਠੀਕ ਹੈ ਜੀ, ਡੀ ਆਂਸਰ ਜਿਨ੍ਹਾਂ ਦਾ ਵੀ ਆਇਆ ਹੈ। ਕੁਸ਼ਚਨ ਨੰਬਰ 39, ਹਾਂਜੀ, ਉਹਨਾਂ ਤੋਂ ਸਿਵਾਏ ਮੇਂ ਜੁਡਾਈਸ ਇਹ ਜ਼ਰੂਰ ਯਾਦ ਰੱਖਿਓ ਜੀ, ਠੀਕ ਹੈ ਜੀ, ਪੁੱਛ ਸਕਦੇ ਆ, ਕਾਫੀ ਚਾਂਸਿਸ ਨੇ ਇਹਦੇ। ਗੁਰੂ ਨਾਨਕ ਲਾਈਫ ਐਂਡ ਹਿਸ ਥੋਟਸ, ਇਸ ਨੂੰ ਵੀ ਯਾਦ ਰੱਖਿਓ। ਕੁਸ਼ਚਨ ਨੰਬਰ 39 ਹੈ, ਸਾਚੀ ਸਾਖੀ ਦਾ ਪ੍ਰਕਾਸ਼ਨ ਸਾਲ ਦੱਸੋ? ਆਪਸ਼ਨ ਏ 1971, ਬੀ 1972, ਸੀ 1973, ਡੀ 1974। ਸਹੀ ਆਂਸਰ ਕੁਸ਼ਚਨ ਨੰਬਰ 39 ਦੇ ਲਈ ਕਰੋ ਜੀ। ਪਿੱਛੇ ਆਪਾਂ ਕਰਕੇ ਆਏ ਹਾਂ ਵੈਸੇ ਤਾਂ, ਠੀਕ ਹੈ ਜੀ, ਪਰ ਉੱਥੇ ਪਹਿਲਾ ਅਤੇ ਦੂਜਾ ਪ੍ਰਕਾਸ਼ਨ ਪੁੱਛਿਆ ਸੀ, ਇੱਥੇ ਸਿੱਧਾ ਪੁੱਛਿਆ, ਦੇਖਦੇ ਹਾਂ ਕਿੰਨੇ ਕੁ ਕਨਫਿਊਜ਼ ਹੁੰਦੇ ਆ। ਬੀ ਆਂਸਰ ਆ ਰਿਹਾ ਜੀ 1972, ਠੀਕ ਆ ਜੀ, ਜਿਹੜੇ ਵੀ ਆਂਸਰ ਬੀ ਦੇ ਨਾਲ ਜਾ ਰਹੇ ਆ। ਬਾਕੀ ਨੋਟ ਡਾਊਨ ਕਰਨ, ਠੀਕ ਆ ਜੀ, ਲਗਭਗ ਸਭ ਦਾ ਹੀ। ਕੁਸ਼ਚਨ ਨੰਬਰ 40, ਸਾਚੀ ਸਾਖੀ ਦੇ ਵਿਸਤ੍ਰਿਤ ਐਡੀਸ਼ਨ ਵਿੱਚ ਕਿੰਨੇ ਪੇਜਾਂ ਦੀ ਭੂਮਿਕਾ ਸ਼ਾਮਲ ਹੈ? ਆਪਸ਼ਨ ਏ 6, ਬੀ 16, ਸੀ 26, ਡੀ 28। ਸਹੀ ਆਂਸਰ ਕੁਸ਼ਚਨ ਨੰਬਰ 40 ਦੇ ਲਈ ਕਰੋ ਜੀ। ਪਿਛਲੀ ਜਿਹੜੀ ਕਲਾਸ ਆਪਾਂ ਲਗਾਈ ਸੀ ਉਹਦੇ 'ਚ ਬਾਏ ਮਿਸਟੇਕ ਗਲਤ ਟਾਈਪ ਹੋ ਗਿਆ ਜੀ, ਜੀ ਸੀ ਅਤੇ ਬੀ, ਮੋਸਟਲੀ ਸੀ ਆਂਸਰ 26, ਠੀਕ ਆ ਜੀ, ਜਿਹੜੇ ਵੀ 26 ਪੇਜ ਆਂਸਰ ਕਰ ਰਹੇ ਆ। ਬਾਕੀ ਨੋਟ ਡਾਊਨ ਕਰਨ। ਕੁਸ਼ਚਨ ਨੰਬਰ 40 ਤੋਂ ਬਾਅਦ ਵੱਧਦੇ ਹਾਂ ਜੀ 41 ਦੇ ਵੱਲ। ਪ੍ਰਕਾਸ਼ਨ ਸਾਲ ਇਹਦਾ ਜੀ 1979, ਦੂਜਾ ਜਿਹੜਾ ਐਡੀਸ਼ਨ ਹੈ, ਪਰ ਨਹੀਂ ਹੈ ਜੀ, ਇੱਥੇ ਹੈ ਜੀ ਕੁਛ। ਅਤੇ ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ, ਬਿਖਮੈ ਅੰਮ੍ਰਿਤ ਆਪਾਂ ਕਰਕੇ ਹੀ ਆਏ ਹਾਂ, ਰਾਜਨੀਤਿਕ ਰਾਜ ਕਰੇਗਾ ਖਾਲਸਾ, ਇਸ ਤੋਂ ਇਲਾਵਾ ਕ੍ਰਾਂਤੀਕਾਰੀ ਅਤੇ ਉਗਰਵਾਦੀ ਵਿਚਾਰਾਂ ਵਾਲੇ ਇਹ ਸਨ। ਸ਼ਾਹਕਾਰ ਰਚਨਾ ਇਹਨਾਂ ਦੀ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ ਜੀ ਮੰਨੀ ਜਾਂਦੀ ਹੈ। ਹੋਰ ਜ਼ਰੂਰੀ ਗੱਲਾਂ ਦੇ ਵਿੱਚ
दो तीन गल्लां जरूर याद रख लियो जी। मेज जडाइस 2003 ਦੇ ਵਿੱਚ ਅੰਮ੍ਰਿਤਸਰ ਦੇ ਚਤ ਨੈਟਵਰਕ ਸਮੱਸਿਆ ਆ ਗਈ ਹੈ ਜਿਸ ਕਰਕੇ ਤੁਹਾਡੇ ਮੈਸੇਜ ਵੀ ਸ਼ੋ ਨਹੀਂ ਹੋ ਰਹੇ ਆ। ਚਲੋ ਮੈਂ ਕੋਸ਼ਿਸ਼ ਕਰਦਾ, ਕਲਾਸ ਕੰਪਲੀਟ ਹੈ ਲਗਭਗ, ਠੀਕ ਹੈ ਜੀ। ਅਗਲਾ ਇੱਕ ਅੱਧਾ ਪੁਆਇੰਟ ਹੋਰ ਯਾਦ ਰੱਖਣ ਵਾਲਾ ਹੈ ਜੀ, ਸਪਸਟ੍ਰਿੰਗ ਬਹੁ ਵਿਸਤਾਰ ਪੁੰਦਰਿਕ। ਹਾਂਜੀ, ਨੈਟਵਰਕ ਕਾਫੀ ਸਮੱਸਿਆ ਪੈਦਾ ਹੋ ਰਹੀ ਹੈ ਵਾਰ ਵਾਰ। ਦੇਖੋ ਜੀ ਮੈਂ ਦੁਬਾਰਾ ਸਕਰੀਨ 'ਤੇ ਲਿਆ ਦਿੰਦਾ ਜੀ ਇੰਪੋਰਟੈਂਟ ਜਿਹੜਾ ਕੁਛ ਹੈ, ਚਾਹੋ ਤਾਂ ਤੁਸੀਂ ਸਕਰੀਨਸ਼ਾਟ ਕਰਕੇ ਰੱਖ ਸਕਦੇ ਹੋ ਜੀ, ਠੀਕ ਹੈ ਜੀ। ਅਗਲਾ ਫਰੇਮ ਵੀ ਕਰ ਦਿੰਦਾ ਜੀ ਅਤੇ ਇਸ ਤੋਂ ਅਗਲਾ ਵੀ। ਟੋਪਿਕ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕੱਲ੍ਹ ਦਾ ਟੋਪਿਕ ਆਪਣਾ, ਅਗਲਾ ਟੋਪਿਕ ਜੋ ਵੀ ਹੈ ਉਹੀ ਰਹੇਗਾ ਪ੍ਰੋਫੈਸਰ ਪਿਆਰਾ ਸਿੰਘ ਪਦਮ। ਕੱਲ੍ਹ ਦਾ ਵਿਸ਼ਾ ਪ੍ਰੋਫੈਸਰ ਪਿਆਰਾ ਸਿੰਘ ਪਦਮ ਰਹੇਗਾ। ਸੋ ਪ੍ਰੋਫੈਸਰ ਪਿਆਰਾ ਸਿੰਘ ਪਦਮ ਜ਼ਰੂਰ ਕਰਕੇ ਮਿਲਦੇ ਹਾਂ ਕੱਲ੍ਹ ਨੂੰ ਠੀਕ 9 ਵਜੇ। ਤਦ ਤੱਕ